ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਬੁਲੇਟਿਨ ਦੇ ਵਿੱਚ ਆਪਾਂ ਪੰਜਾਬ ਦੇ ਮੁੱਖ ਹਾਲਾਤਾਂ ਦੀਆਂ ਤਾਜ਼ਾ ਖਬਰਾਂ ਦੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਸੋ ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਜੀ ਕਰਫਿਊ ਦੌਰਾਨ ਸਰਪੰਚਾਂ ਨੂੰ ਰੋਜ਼ਾਨਾ 5000 ਰੁਪਏ ਖਰਚਣ ਦਾ ਅਧਿਕਾਰ ਸੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਕਰਫਿਊ ਦੌਰਾਨ ਰੋਜ਼ਾਨਾ ਬਦਲਵੇਂ ਪਰਬੰਧਾਂ ਅਧੀਨ ਅੱਜ ਸੂਬੇ ਭਰ ਦੇ ਸਰਪੰਚ ਲੋਕਾਂ ਦੇ ਲਈ ਸਹੂਲਤਾਂ ਦੇ ਲਈ 5000 ਰੁਪਏ ਜਿਹੜੇ ਖਰਚ ਕਰ ਸਕਣਗੇ ਤੇ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਸਰਪੰਚ ਕਿਸੇ ਵੀ ਹੰਗਾਮੀ ਹਾਲਤ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਰਾਤ 7 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਪਾਸ ਜਾਰੀ ਕਰ ਸਕਦੇ ਹਨ ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਆ ਰਹੀ ਹੈ ਜੀ ਸਕੂਲੀ ਬੱਚਿਆਂ ਲਈ ਹੁਣ ਰਾਤ ਦੀ ਖਬਰ ਆ ਗਈ ਹੈ ਜੀ ਉਹਨਾਂ ਦੀਆਂ ਜਿਹੜੀਆਂ ਕਲਾਸਾਂ ਨੇ ਉਹ 1 April ਤੋਂ online ਲੱਗਣ ਲੱਗ ਜਾਣਗੀਆਂ ਸੋ ਉਹ YouTube ਤੋਂ ਵੀ ਪੜ੍ਹਾਈ ਕਰ ਸਕਦੇ ਨੇ ਸੋ ਇਹ ਦਿੱਲੀ ਦੀ ਖਬਰ ਆ ਰਹੀ ਹੈ ਜੋ ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਆ ਮਹਾਰਾਸ਼ਟਰ ਤੋਂ ਜਿੱਥੇ ਵਾਇਰਸ ਦੇ ਨਾਲ ਪੰਜਵੀਂ ਮੌਤ ਹੋ ਗਈ ਹੈ ਤੇ ਲੁਧਿਆਣੇ ਦੇ ਵਿੱਚ ਅੱਜ ਵਾਇਰਸ ਦੇ 7 ਨਵੇਂ ਹੋਰ ਨਮੂਨੇ ਲੈ ਗਏ ਜਿਨ੍ਹਾਂ ਦਾ ਨਤੀਜਾ ਆਉਣਾ ਹਜੇ ਬਾਕੀ ਆ ਤੇ ਜਿਹੜੇ ਪਹਿਲਾਂ 58 ਨਮੂਨੇ ਲੈ ਗਏ ਸੀ ਉਹਨਾਂ ਦੇ ਵਿੱਚੋਂ ਦੋ ਪੋਜ਼ਿਟਿਵ ਅਤੇ 56 ਜਿਹੜੇ ਨੈਗੇਟਿਵ ਆਏ ਸਨ ਸੋ ਉਸ ਤੋਂ ਬਾਅਦ ਜਿਹੜੀ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਵਿਧਾਇਕ ਨੇ ਕਰੋਨਾ ਦੇ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ ਸੋ ਇਹ ਖਬਰ ਆ ਰਹੀ ਹੈ ਜੀ ਹਲਕਾ ਸੁਲਤਾਨ ਆਪਣਾ ਸੁਲਤਾਨਪੁਰ ਲੋਧੀ ਦੇ ਜਿਹੜੇ ਹਲਕਾ ਵਿਧਾਇਕ ਨਵ ਤੇਜ ਸਿੰਘ ਚੀਮਾ ਦੇ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਜਿਹੜਾ ਦੌਰਾ ਕਰਕੇ ਕਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਜਾ ਰਹੇ ਸੈਨੀਟਾਈਜ਼ਰ ਦੇ ਛਿੜਕਾ ਮੈਡੀਕਲ ਅਤੇ ਹੋਰ ਸਹੂਲਤਾਂ ਦਾ ਜਿਹੜਾ ਜਾਇਜ਼ਾ ਲਿਆ ਗਿਆ ਤਾਂ ਉਹਨਾਂ ਨੇ ਸਮੂਹ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਾਹਰ ਬਿਲਕੁਲ ਨਾ ਨਿਕਲਣ ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਆ ਰਹੀ ਹੈ ਜੀ ਜ਼ਿਲ੍ਹਾ ਅਮਰਸਰ ਦੇ ਸਾਰੇ ਮੈਡੀਕਲ ਜਿਹੜੇ ਹੁਣ ਦਵਾਈਆਂ ਵੀ ਦਵਾਈਆਂ ਦੀ ਜਿਹੜੀ ਹੋਮ ਡਿਲੀਵਰੀ ਕਰ ਸਕਣਗੇ ਸੋ ਇਹ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਜ਼ਿਲ੍ਹੇ ਦੇ ਸਾਰੇ ਹੀ ਮੈਡੀਕਲਾਂ ਨੂੰ ਉਹਨਾਂ ਨੇ ਇਜਾਜ਼ਤ ਦਿੱਤੀ ਆ ਕਿ ਉਹ ਦਵਾਈਆਂ ਘਰ-ਘਰ ਪਹੁੰਚਾਣ ਤੇ ਹੋਰ ਲੋੜ ਪੈਣ ਤੇ ਉਹ ਦਵਾਈਆਂ ਘਰ-ਘਰ ਪਹੁੰਚਾ ਸਕਦੇ ਹਨ ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਹੈ ਜੀ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲਣਗੇ ਮੈਡੀਕਲ ਸਟੋਰ ਸੋ ਜ਼ਿਲ੍ਹੇ ਦੇ ਵਿੱਚ ਜਿਹੜਾ ਕਰਫਿਊ ਦੇ ਦੌਰਾਨ ਮੱਦੇਨਜ਼ਰ ਉਤਪਨ ਹੋਈ ਜਿਹੜੀ ਸਥਿਤੀ ਅਤੇ ਲੋਕਾਂ ਨੂੰ ਮੁਸ਼ਕਲ ਦੀ ਘੜੀ ਦੇ ਵਿੱਚੋਂ ਰਾਹਤ ਦੇਣ ਦੇ ਲਈ ਐਮ ਫੈਸਲੇ ਲਏ ਗਏ ਹਨ ਤੇ ਬੀਤੇ ਦਿਨੀ ਜ਼ਿਲ੍ਹੇ ਦੇ ਜਿਹੜੇ ਮੈਡੀਕਲ ਸਟੋਰ ਆ ਦੋਸਤੋ ਇਹ ਖਬਰ ਨਵਾਂ ਸ਼ਹਿਰ ਤੋਂ ਆ ਰਹੀ ਹੈ ਜਿੱਥੇ 9 ਵਜੇ ਤੋਂ ਦੁਪਹਿਰ ਤੱਕ ਖੁੱਲਣਗੇ ਗਰੀਬ ਲੋੜਵੰਦ ਪਰਿਵਾਰਾਂ ਨੂੰ ਪ੍ਰਸ਼ਾਸਨ ਜਿਹੜਾ ਭੋਜਨ ਪਹੁੰਚਾਉਣ ਦੇ ਲਈ 2900 ਪੈਕਟ ਰਾਸ਼ਨ ਵੰਡਣ ਦਾ ਫੈਸਲਾ ਲਿਆ ਗਿਆ ਹੈ ਉਸ ਤੋਂ ਬਾਅਦ ਜੀ ਵਾਇਰਸ ਦੇ ਨਾਲ NEET ਦੀ ਜਿਹੜੀ ਪ੍ਰੀਖਿਆ ਉਹ ਵੀ ਮਤਲਬੀ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਆ ਜੀ ਸਾਬਕਾ ਕੇਂਦਰੀ ਮੰਤਰੀ ਬੇਨੀ ਪ੍ਰਸ਼ਾਦ ਸ਼ਰਮਾ ਉਹਨਾਂ ਦਾ ਦੇਹੰਤ ਹੋ ਗਿਆ ਤੇ ਅਗਲੀ ਖਬਰ ਆ ਜੀ ਸ਼੍ਰੋਮਣੀ ਕਮੇਟੀ ਨੇ ਲੋੜਵੰਦਾਂ ਨੂੰ ਜਿਹੜਾ ਲੰਗਰ ਵੰਡਿਆ ਸੋ ਇਹ ਖਬਰ ਆ ਰਹੀ ਹੈ ਜੀ ਲੋੜਵੰਦਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਦੇ ਪਰ ਪ੍ਰਧਾਨ ਪਾਈ ਗੋਬਿੰਦ ਸਿੰਘ ਲੋਂਗੋਵਾਲ ਅਤੇ ਡਾਕਟਰ ਰੂਪ ਸਿੰਘ ਜਿਹੜੇ ਕਿ ਮੁੱਖ ਸਕੱਤਰ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ ਲੋੜਵੰਦਾਂ ਦੀ ਮਦਦ ਕੀਤੀ ਗਈ ਤੇ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਰੂਪੜ ਦੇ ਮੈਨੇਜਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਵੱਲੋਂ ਤਿਆਰ ਕੀਤਾ ਲੰਗਰ ਜਿਹੜਾ ਲੋੜਵੰਦਾਂ ਨੂੰ ਵਰਤਾਇਆ ਗਿਆ ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਹੈ ਜੀ ਖੇਡ ਛੱਡ ਕੇ ਡਾਂਸ ਕਰ ਰਹੀ ਟੇਬਲ ਟੈਨਿਸ ਟਾਰ ਮਾਨਕ ਤੇ ਉਸ ਤੋਂ ਬਾਅਦ ਜੇ ਦਿੱਲੀ ਤੋਂ ਖਬਰ ਆ ਰਹੀ ਹੈ ਜਿੱਥੇ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਹੋਈ 40 ਤੇ ਪੁਲਿਸ ਥਾਣਾ ਭਿੰਡੀ ਸੈਦਾਂ ਦੇ ਥਾਣੇ ਚ ਬੇਹਸਾਰਾ ਤੇ ਅਪਾਜ ਲੋਕਾਂ ਲਈ ਰਾਸ਼ਨ ਹੱਟ ਖੋਲਿਆ ਗਿਆ ਹੈ ਤੇ ਪੰਜਾਬ ਦੇ ਵਿੱਚ ਹੁਣ ਤੱਕ 38 ਮਾਮਲਿਆਂ ਦੀ ਜਿਹੜੀ ਪੁਸ਼ਟੀ ਹੋ ਗਈ ਜਿੰਦੇ ਵਿੱਚੋਂ 799 ਮਾਮਲੇ ਨਮੂਨੇ ਲਏ ਗਏ ਸੀਗੇ ਜਿਨ੍ਹਾਂ ਦੇ ਵਿੱਚੋਂ 38 ਦੀ ਰਿਪੋਰਟ ਆ ਜਿਹੜੀ ਉਹ ਪੋਜ਼ਿਟਿਵ ਪਾਈ ਗਈ ਆ ਤੇ 480 네ਗੇਟਿਵ ਤੇ 271 ਲੋਕਾਂ ਦੀ ਰਿਪੋਰਟ ਆਉਣੀ ਹਲੇ ਬਾਕੀ ਹੈ ਤਰਨਤਾਰਨ ਦੇ ਵੇਖੇ ਜੀ ਦਾਖਲ ਕਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆ ਜਿਹੜੀ ਉਹ 네ਗੇਟਿਵ ਆਈ ਹੈ ਜਿਨ੍ਹਾਂ ਦੇ ਵਿੱਚ ਜੀ ਮਰੀਜ਼ ਲੜਕੀ ਜਿਹੜੀ ਮੈਡੀਕਲ ਕਾਰਨ ਕਾਲਜ ਅੰਮ੍ਰਿਤਸਰ ਵਿਖੇ ਖੂਨ ਦੇ ਸੈਂਪਲ ਦੀ ਜਾਂਚ ਦੇ ਉਪਰੰਤ ਜਿਹੜੀ ਉਹਦੀ ਰਿਪੋਰਟ ਆ ਉਹ ਵੀ 네ਗੇਟਿਵ ਆਈ ਹੈ ਸੋ ਅਗਲੀ ਖਬਰ ਆ ਜੀ ਬਰਤਾਨੀਆਂ ਦੇ ਸਿਹਤ ਮੰਤਰੀ ਹਨ ਕੋਕੁੱਦੀ ਨੂੰ ਵੀ ਕਰੋਨਾ ਵਾਇਰਸ ਹੋ ਬਰਤਾਨੀਆਂ ਦੇ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੂੰ ਵੀ ਇਸ ਟਾਈਮ ਜਿਹੜਾ ਕਰੋਨਾ ਵਾਇਰਸ ਹੋ ਚੁੱਕਾ ਹੈ ਉਸ ਤੋਂ ਬਾਅਦ ਹੀ ਚੰਡੀਗੜ੍ਹ ਦੇ ਵਿੱਚ ਕਰੋਨਾ ਵਾਇਰਸ ਦਾ ਇੱਕ ਹੋਰ ਜਿਹੜਾ ਮਰੀਜ਼ ਆ ਉਹ ਪੋਜ਼ਿਟਿਵ ਮਿਲਿਆ ਤੇ ਕੋਲਕੱਤਾ ਦੇ ਵਿੱਚ ਵੀ ਇੱਕ ਪਰਿਵਾਰ ਦੇ ਪੰਜ ਜੀਵਾਂ ਦਾ ਜਿਹੜਾ ਟੈਸਟ ਉਹ ਪੋਜ਼ਿਟਿਵ ਆਇਆ ਤੇ ਉਧਰੋਂ ਮਹਿੰਦਰ ਸਿੰਘ ਧੋਨੀ ਜਿਹੜੇ ਭਾਰਤ ਦੇ ਸਟਾਰ ਕ੍ਰਿਕਟ ਖਿਡਾਰੀ ਨੇ ਉਹਨਾਂ ਨੇ 100 ਪਰਿਵਾਰਾਂ ਲਈ ਦਿੱਤਾ 1 ਲੱਖ ਰੁਪਇਆ ਤੇ ਪ੍ਰਸ਼ੰਸ਼ਕ ਜਿਹੜੇ ਉਹਨਾਂ ਦੇ ਉਹ ਪੜ੍ਹ ਗਏ ਹਨ ਕਿਉਂਕਿ ਜੀ ਉਹ 21 ਦਿਨਾਂ ਦੇ ਲੋਕਡਾਊਨ ਦੇ ਅੰਦਰ ਜਿਹੜਾ ਉਹਨਾਂ ਨੇ ਸਿਰਫ 100 ਪਰਿਵਾਰਾਂ ਦੀ ਸਿਹਤਤਾ ਦੇ ਲਈ ਮਦਦ ਲਈ ਪੁਨੇ ਅਤੇ ਗੈਰ ਸਰਕਾਰੀ ਸੰਗਠਨ ਮਾਦ ਫਾਊਂਡੇਸ਼ਨ ਦਾ ਤੇ ਚੈਰੀਟੇਬਲ ਟਰਸਟ ਨੂੰ 1 ਲੱਖ ਰੁਪਏ ਦੀ ਮਦਦ ਦਿੱਤੀ ਹੈ ਉਸ ਤੋਂ ਬਾਅਦ ਜੀ ਅਗਲੀ ਖਬਰ ਹੈ ਜੀ ਦੁਕਾਨ ਖੁਲਵਾਨ ਨੂੰ ਲੈ ਕੇ ਚੱਲੀ ਗੋਲੀ ਸੋ ਇਹ ਸ਼ਿਹਟਾ ਤੋਂ ਖਬਰ ਆ ਰਹੀ ਹੈ ਜੀ ਜਿੱਥੇ ਆਉਂਦੇ ਪਿੰਡ ਕਾਲੇ ਵਿਖੇ ਕਰਿਆਨੇ ਦੀ ਦੁਕਾਨ ਖੁਲਵਾਉਣ ਨੂੰ ਲੈ ਕੇ ਗੋਲੀ ਚੱਲੀ ਜਿਸ ਦੇ ਵਿੱਚ 36 ਸਾਲਾ ਨੌਜਵਾਨ ਦਿਵਿੰਦਰ ਸਿੰਘ ਪ੍ਰਿੰਸ ਗੰਬੀਰ ਜ਼ਖਮੀ ਹੋ ਗਿਆ ਤੇ ਪੁਲਿਸ ਦੇ ਮਾਮਲੇ ਦੇ ਵੱਲੋਂ ਜਿਹੜੀ ਜਾਂਚ ਉਹ ਜਾਰੀ ਹੈ ਜੀ ਉਸ ਤੋਂ ਬਾਅਦ ਜੀ ਸ਼ੇਰਗੜ ਚੀਮਾ ਵਿਖੇ ਮੀਂਹ ਦੌਰਾਨ ਜਿਹੜੀ ਸਤਰੰਗੀ ਪੀਂਗ ਦਾ ਅਦਭੁਤ ਨਜ਼ਾਰਾ ਤੇ ਸੜਕ ਹਾਸ ਸੜਕ ਹਾਦਸੇ ਦੇ ਵਿੱਚ ਜਿਹੜੇ ਸਹਾਇਕ ਥਾਣੇਦਾਰ ਦੀ ਮੌਤ ਹੋ ਗਈ ਹੈ ਜੀ ਇਹ ਖਬਰ ਆ ਰਹੀ ਆ ਸਰਦੂਲਗੜ ਤੋਂ ਜਿੱਥੇ ਸਰਸਾ ਮਾਨਸਾ ਮੁੱਖ ਸੜਕ ਦੇ ਪਿੰਡ ਭੰਮੇ ਖੁਰਦ ਨੇੜੇ ਕਾਰ ਹਾਦਸੇ ਦੇ ਵਿੱਚ ਜਿਹੜੇ ਸਹਾਇਕ ਥਾਣੇਦਾਰ ਦੀ ਮੌਤ ਹੋ ਗਈ ਆ ਤੇ ਮ੍ਰਿਤਕ ਥਾਣੇਦਾਰ ਗੁਬਿੰਦ ਸਿੰਘ 49 ਸਾਲਾ ਜਿਹੜੇ ਪਿੰਡ ਝੰਡਕਲਾਂ ਦਾ ਰਹਿਣ ਵਾਲੇ ਸੀ ਤੇ ਪੁਰਸ ਲਾਈਨ ਮਾਨਸਾ ਦੇ ਵਿੱਚ ਤਨਾਤ ਸਨ ਅਗਲੀ ਖਬਰ ਆ ਜੀ ਅੱਗ ਲੱਗਣ ਕਰਕੇ 30 ਝੁੱਗੀਆਂ ਜਿਹੜੀਆਂ ਸੜ ਕੇ ਸੁਆਹ ਹੋ ਗਈਆਂ ਜੀ ਡੇਰਾ ਬੱਸੀ ਤੋਂ ਖਬਰ ਆ ਰਹੀ ਹੈ ਜਿੱਥੇ ਮਜ਼ਦੂਰ ਵਰਗ ਅਨਾਜ ਅਤੇ ਦਾਣੇ ਨੂੰ ਮੋਤਾਜ ਹੋਇਆ ਪਿਆ ਹੈ ਉੱਥੇ ਅੱਜ ਬਾਅਦ ਦੁਪਹਿਰ ਡੇਰਾ ਬਸੀ ਬਰਵਾਲਾ ਰੋਡ ਤੇ ਸਥਿਤ ਕੰਪਨੀ ਦੇ ਪਿੱਛੇ ਪਾਸੇ ਜਿਹੜੀ ਇੱਕ ਦਹਾਕੇ ਪਹਿਲਾਂ ਬਣੀਆ ਮਜ਼ਦੂਰਾਂ ਦੀਆਂ 30 ਝੁੱਗੀਆਂ ਅਚਾਨਕ ਅੱਗ ਲੱਗ ਜਾਣ ਕਾਰਨ ਸੜ ਕੇ ਸੁਆਹ ਹੋ ਗਈਆਂ ਤੇ ਅੰਦਰ ਪਏ ਸਮਾਨ ਸਮੇਤ ਪਾਈ ਜੋੜ ਕੇ ਇਕੱਠੀ ਕੀਤੀ ਨਗਦੀ ਵੀ ਸੜ ਗਈ ਤੇ ਪੰਜਾਬ ਚ ਕਰਫਿਊ ਲੱਗਾ ਹੋਣ ਕਾਰਨ ਉਕਤ ਝੁੱਗੀਆਂ ਚੂਰਹਿਣ ਵਾਲੇ ਸਮੂਹ ਪਰਿਵਾਰ ਮੌਕੇ ਤੇ ਮੌਜੂਦ ਸਨ ਅਤੇ ਅੱਗ ਲੱਗਣ ਦੇ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਤੇ ਕੋਰੋਨਾ ਕਾਰਨ ਬੜ ਜਿਹੜਾ 에어ਪੋਰਟ ਵੀ ਬਣ ਸਕਦਾ ਹੈ ਮੁਰਦਾਗਰ ਤੇ ਸੁਲਤਾਨਪੁਰ ਲੋਧੀ ਤੋਂ ਖਬਰ ਆ ਰਹੀ ਹੈ ਜੀ ਵਿਦੇਸ਼ਾਂ ਤੋਂ ਆਏ 184 ਵਿਅਕਤੀ ਬਿਲਕੁਲ ਠੀਕ ਸਿਹਤ ਵਿਭਾਗ ਨੇ ਜਿਹੜੀ ਰਿਪੋਰਟ ਦਿੱਤੀ ਆ ਤੇ ਕਾਬਲ ਸਿੱਖਾਂ ਨੂੰ ਦੱਸ ਦੇਣਾ ਅੰਦਰ ਦੇਸ਼ ਛੱਡਣ ਦੀ ਧਮਕੀ ਹੈ ਜੀ ਕਾਬਲ ਤੋਂ ਖਬਰ ਆ ਰਹੀ ਹੈ ਜਿੱਥੇ ਸ਼ੋਰ ਬਾਜ਼ਾਰ ਦੇ ਚਾਲੇ ਗੁਰਦੁਆਰਾ ਗੁਰੂ ਹਰ Rai ਸਾਹਿਬ ਚ 25 ਮਾਰਚ ਨੂੰ ਹੋਏ ਅਤਵਾਦੀ ਹਮਲੇ ਤੋਂ ਬਾਅਦ ਉੱਥੇ ਰਹਿੰਦੇ ਸਿੱਖ ਭਾਈਚਾਰੇ ਨੂੰ ਲਗਾਤਾਰ ਅੱਤਵਾਦੀ ਸੰਗਠਨ ਤੋਂ ਜਿਹੜੀਆਂ ਧਮਕੀਆਂ ਮਿਲ ਰਹੀਆਂ ਨੇ ਅੱਜ ਦੁਪਹਿਰ ਅਫਗਾਨੀ ਸੇਖਾ ਗੁਰਨਾਮ ਸਿੰਘ ਅਤੇ ਸਰਪਾਲ ਸਿੰਘ ਨੇ ਦੱਸਿਆ ਕਾਬਲ ਚ ਇੱਕ ਅੱਤਵਾਦੀ ਸਮੂਹ ਵੱਲੋਂ ਉੱਥੇ ਰਹਿੰਦੇ ਸੇਖਾਂ ਨੂੰ ਸ਼ਰੇਆਮਤਮਕ ਕੀ ਦਿੱਤੀ ਗਈ ਜੇਕਰ ਉਹ ਆਉਂਦੇ 10 ਦਿਨਾਂ ਤੱਕ ਕਾਬਲ ਛੱਡ ਕੇ ਨਾ ਗਏ ਤਾਂ ਉੱਥੇ ਰਹਿ ਰਾ ਇੱਕ ਵੀ ਸਿੱਖ ਪਰਿਵਾਰ ਜਿਉਂਦਾ ਨਹੀਂ ਬਚੇਗਾ ਸੋ ਅਗਲੀ ਖਬਰ ਹੈ ਜੀ ਜ਼ਿਲ੍ਹਾ ਬਰਨਾਲਾ ਜੋ ਕਰੋਨਾ ਵਾਇਰਸ ਦੇ ਸਾਰੇ ਨਮੂਨਿਆਂ ਦੀ ਜਿਹੜੀ ਰਿਪੋਰਟ ਆ ਉਹ ਨੈਗੇਟਿਵ ਆਈ ਹੈ ਜਿੱਥੇ 13 ਮਰੀਜ਼ਾਂ ਦੇ ਸੈਂਪਲ ਭਰੇ ਗਏ ਸਨ ਜਿਨ੍ਹਾਂ ਚੋਂ ਕਿਸੇ ਦੀ ਰਿਪੋਰਟ ਵੀ ਪੋਜ਼ੀਟਿਵ ਨਹੀਂ ਆਈ ਤੇ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਕਰੋਨਾ ਦਾ ਇੱਕ ਮਰੀਜ਼ ਕੀਤਾ ਠੀਕ ਜਿਹੜੀ ਗੁਰੂ ਨਾਨਕ ਮੈਡੀਕਲ ਤੋਂ ਖਬਰ ਆ ਰਹੀ ਹੈ ਜਿ ਜਿੱਥੇ ਆਪਣਾ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਤੇ ਪੈਰਾ ਮੈਡੀਕਲ ਸਟਾਫ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਡਾਕਟਰੀ ਸਿੱਖਿਆ ਤੇ ਖੂਜ ਮੰਤਰੀ ਓਪੀ ਸੋਨੀ ਨੇ ਕਿਹਾ ਹੈ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਸਪਤਾਲਾਂ 'ਚ ਵਿਦੇਸ਼ਾਂ ਤੋਂ ਆਏ ਮਰੀਜ਼ ਸਫਲਤਾਪੂਰਕ ਇਲਾਜ ਦੇ ਕਾਰਨ ਠੀਕ ਹੋ ਰਹੇ ਹਨ ਸੋ ਉਸ ਤੋਂ ਬਾਅਦ ਜਿਹੜੀ ਵਗਲੀ ਖਬਰ ਹੈ ਜੀ ਕਰੋਨਾ ਪੀੜਤਾਂ ਦੇ ਲਈ ਇੱਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਿਲੀਫ ਫੰਡ 'ਚ ਦੇਵੇਗੀ ਸਟੇਟ ਵੈਂਟਰੀ ਇੰਸਪੈਕਟਰ ਐਸੋਸੀਏਸ਼ਨ ਤੇ ਗੜਸ਼ੰਕਰ 'ਚ ਹੁਣ ਤੱਕ 5 ਕੇਸ ਪੋਜ਼ਿਟਿਵ ਤੇ 21 ਦੀ ਰਿਪੋਰਟ ਜਿਹੜੀ ਆਉਣੀ ਉਹ ਹਾਲੇ ਬਾਕੀ ਹੈ ਤੇ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਤਿੰਨ ਗੈਰਹਾਜ਼ਰ ਕਰਮਚਾਰੀ ਕਿਤੇ ਮੁਤਲਤ ਤੇ ਜੇਕਰ ਸਰਕਾਰ ਹਾਂ ਕਰੇ ਤਾਂ ਪ੍ਰਵਾਸੀਆਂ ਨੂੰ ਦਿੱਲੀ ਤੋਂ ਮੁੰਬਈ ਤੱਕ ਪਟਨਾ ਚੁ ਛੱਡ ਆਵਾਂਗੇ ਸੋ ਇਹ ਸਪਾਈਸ ਜੈਟ ਵਾਲਿਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਲਾਕਡਾਊਨ ਦੇ ਵਿੱਚ ਜਿਹੜੇ ਮੁੰਬਈ ਚ ਕੰਮ ਕਰਨ ਵਾਲੇ ਪ੍ਰਵਾਸੀਆਂ ਨੂੰ ਖਾਸ ਤੌਰ ਤੇ ਬਿਹਾਰ ਅਤੇ ਨਾਲ ਸੰਬੰਧ ਰੱਖਣ ਵਾਲੇ ਮਜ਼ਦੂਰਾਂ ਨੂੰ ਪਟਨਾ ਪਹੁੰਚਾਉਣ ਦੇ ਲਈ ਪੇਸ਼ਕਸ਼ ਕੀਤੀ ਹੈ ਤੇ ਕੰਪਨੀ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਅਦੇ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਸਰਕਾਰ ਹਾਂ ਕਰਦੀ ਹੈ ਤੇ ਉਹ ਕੰਮ ਦੇ ਲਈ ਜਹਾਜ਼ ਅਤੇ ਚਾਲਕ ਦਲ ਦੀਆਂ ਸੇਵਾਵਾਂ ਦੇ ਸਕਦੇ ਹਨ ਉਸ ਤੋਂ ਬਾਅਦ ਜਿਹੜੀ ਹੈ ਜੀ ਅਗਲੀ ਖਬਰ ਆ ਰਹੀ ਹੈ ਸੰਗਰੂਰ ਦੀ ਜਿੱਥੇ ਸੰਗਰੂਰ ਪੁਲਿਸ ਨੇ ਪੇਸ਼ ਕੀਤੀ ਨਵੇਕਲੀ ਮਿਸਾਲ ਤੇ ਲੋਕਾਂ ਦੇ ਨਾਲ-ਨਾਲ ਪਸ਼ੂਆਂ ਦਾ ਵੀ ਰੱਖਿਆ ਖਿਆਲ ਸੋ ਇਹ ਜਿਹੜੀ ਸੰਗਰੂਰ ਪੁਲਿਸ ਹਨ ਉੱਥੇ ਜਿਹੜੀਆਂ ਪੁਲਸ ਦੀਆਂ ਜਿਹੜੇ ਤਸ਼ੱਦਦ ਤੋਂ ਆਉਂਦੀਆਂ ਨੇ ਵੀਡੀਓ ਤੋਂ ਆ ਰਹੀਆਂ ਨੇ ਪਰ ਨਾਲ ਹੀ ਉਹ ਸੰਗਰੂਰ ਪੁਲਸ ਦੇ ਵੱਲੋਂ ਇੱਕ ਨਵੇਕਲੀ ਮਿਸਾਲ ਪੇਸ਼ ਕੀਤੀ ਗਈ ਤੇ ਸੰਗਰੂਰ ਪੁਲਸ ਨੇ ਜਿੱਥੇ ਗਰੀਬ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਉੱਥੇ ਹੀ ਪਸ਼ੂਆਂ ਦੇ ਚਾਰੇ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਤੇ ਅੱਜ ਸੰਗਰੂਰ ਦੇ ਡੀਐਸਪੀ ਬਿੰਦੂਵਾਲਾ ਵੱਲੋਂ ਆਪਣੀ ਪੁਲਸ ਟੀਮ ਅਤੇ ਸੰਗਰੂਰ ਦੇ ਕੁਝ ਸਮਾਜ ਸੇਵੀਆਂ ਦੇ ਨਾਲ ਵਰਦੇ ਤੇਜ਼ਮੀ ਚੁਇਤ ਥੋੜੀ ਦੂਰ ਜਨਵਰਾਂ ਦੀ ਬੀੜ ਤੇ ਪਸ਼ੂਆਂ ਨੂੰ ਚਾਰਾ ਗੁੜ ਅਤੇ ਹੋਰ ਖਾਣ ਪੀਣੀਆਂ ਚੀਜ਼ਾਂ ਪਾਈਆਂ ਗਈਆਂ ਤੇ ਇਸ ਦੇ ਨਾਲ ਮੌਕੇ ਤੇ ਜਿਹੜੇ ਇੰਸਪੈਕਟਰ ਸਾਹਿਬ ਵੀ ਮੌਜੂਦ ਸਨ ਸੋ ਉਸ ਤੋਂ ਬਾਅਦ ਆ ਜੀ ਅੱਜ ਕੱਲ ਸਾਰਾ ਦਿਨ ਹੁੰਦੀ ਰਹੀ بارش ਨੇ ਕਿਸਾਨਾਂ ਦੀਆਂ ਚਿੰਤਾ ਵਧਾ ਦਿੱਤੀਆਂ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਵੱਲੋਂ ਸਿਹਤ ਸੁਧਾਵਾਂ ਲਈ 85 85 ਲੱਖ ਦੀ ਜਿਹੜੀ ਗ੍ਰਾਂਟ ਆ ਉਸ ਦਾ ਐਲਾਨ ਕਰ ਦਿੱਤਾ ਉਸ ਤੋਂ ਬਾਅਦ ਜੀ ਪ੍ਰਧਾਨ ਮੰਤਰੀ ਅਫਗानिस्तान ਤੋਂ ਵਾਪਸ ਆਉਣ ਦੇ ਚਾਹਵਾਨ ਸਿੱਖਾਂ ਨੂੰ ਏਅਰ ਲਿਫਟ ਕਰਵਾਉਣ ਸੁਖਬੀਰ ਉਸ ਤੋਂ ਬਾਅਦ ਜੀ ਕਰੋਨਾ ਦੀ ਸ਼ੱਕੀ ਲੜਕੀਆਂ ਕਾਰਨ ਸਿਹਤ ਵਿਭਾਗ ਤੇ ਪ੍ਰਸ਼ੰਸ਼ਿਕ ਹੜਕੰਪ ਕਰਫਿਊ ਦੌਰਾਨ ਗਰਭਵਤੀ ਔਰਤਾਂ ਨੂੰ ਘਰ-ਘਰ ਜਾ ਕੇ ਦਿੱਤੀਆਂ ਮੁਫਤ ਦਵਾਈਆਂ ਵਿਰਸਾ ਸੰਭਾਲ ਸੇਵਾ ਸੁਸਾਇਟੀ ਕਰਫਿਊ ਦੌਰਾਨ ਲੋਕਾਂ ਨੂੰ ਪਹੁੰਚਾ ਰਹੀ ਹੈ ਸਹਾਇਪਨ ਸਮਗਰੀ ਤੇ ਕਰੋਨਾ ਇਨਫੈਕਟਡ ਹੋਣ ਦੇ ਸ਼ੱਕ ਚ ਵਿਅਕਤੀ ਨੇ ਕੀਤੀ ਆਤਮ ਹੱਤਿਆ ਪਵਾਨੀਗੜ ਇਲਾਕਿਆਂ ਦੀਆਂ ਬਸਤੀਆਂ ਜੋ ਕੈਬਨਨ ਮੱਤਰੀ ਸਿੰਗਲਾਂ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ ਤੇ ਪੰਜਾਬ ਸਰਕਾਰ ਆ ਜਿਹੜੀ ਉਹ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਕੀਤਾ ਸਾਬਤ ਸੋ ਪੰਜਾਬ ਸਰਕਾਰ ਨੇ ਜਿਹੜਾ ਹੁਣ ਕਰਫਿਊ ਦੇ ਚੱਲਦੇ ਕੰਟਰੋਲ ਰੂਮ ਸਥਾਪਿਤ ਕੀਤਾ ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਇਹ ਕੰਟਰੋਲ ਰੂਮ ਲੋਕਾਂ ਦੁਆਰਾ ਖਪਤ ਕੀਤੇ ਜਾਣ ਵਾਲੇ ਫਲਾ ਸਬਜ਼ੀਆਂ ਦੁੱਧ ਅਤੇ ਡੇਅਰੀ ਉਤਪਾਦਾਂ ਤੇ ਹੋਰ ਜ਼ਰੂਰੀ ਸਮਾਨ ਲਿਜਾ ਰਹੇ ਵਾਹਨਾਂ ਤੇ ਦੁੱਧ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਚਲਾਉਣ ਲਈ ਕੱਚੇ ਮਾਲ ਦੀ ਪੈਕਿੰਗ ਸਮਗਰੀ ਲਈ ਤਿਆਰ ਕੀਤੇ ਹੋਏ ਖਾਣ ਪੀਣ ਵਾਲੇ ਉਤਪਾਦਾਂ ਤੇ ਯੋਗ ਤਰ ਟੇਲਰ ਖਪਤਕਾਰਾਂ ਦੀ ਟੁਆ ਟੁਆਇਲ ਲਈ ਵਾਹਨ ਅਤੇ ਨਿਰਵਿਘਨ ਅੰਤਰਰਾਜੀ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਲਾਜ਼ਮੀ ਕੀਤਾ ਗਿਆ ਹੈ ਤੇ ਇਹ ਕੰਟਰੋਲ ਰੂਮ ਯਕੀਨੀ ਬਣਾਉਣ ਅਤੇ ਸਬੰਧਤ ਜ਼ਿਲ੍ਹੇ ਦੇ ਰਾਜ ਨੂੰ ਤਾਲਮੇਲ ਵੀ ਕਰੇਗਾ ਤੇ ਫੂਡ ਮਿਲਕ ਪ੍ਰੋਸੈਸਿੰਗ ਉਦਯੋਗਾਂ ਨੂੰ ਚਲਾਉਣ ਲਈ ਫਿਲਮ ਰਸਾਇਣ ਲੋਡਣ ਦੇ ਹੋਰ ਉਤਪਾਦ ਵਰਗੀ ਪੈਕਿੰਗ ਬਣਾਉਣ ਦੇ ਲਈ ਫੈਕਟਰੀਆਂ ਨੂੰ ਆਪਣੇ ਕੰਮ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਉਕਤ ਸਮੱਗਰੀ ਨੂੰ ਰਾਜਾ ਦੇ ਵਿੱਚ ਪਹੁੰਚਾਉਣ ਦੀ ਆਗਿਆ ਦਿੱਤੀ ਜਾਵੇਗੀ ਤੇ ਪਛਮਾ ਦੇ ਚਾਰੇ ਖਾਦ ਪਦਾਰਥ ਬਾਲਨ ਜਿਵੇਂ ਕਿ ਕੋਲਾ ਤੇ ਕੱਚੇ ਮਾਲ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਈ ਜਾਵੇਗੀ ਸੋ ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਆ ਰਹੀ ਹੈ ਜੀ ਉਹ ਆਰੀਆ ਕਰੋਨਾ ਵਾਇਰਸ ਵੱਲੋਂ ਜਿਹੜੀ ਦਵਾਈ ਆ ਉਹ ਇੱਕ ਡਾਕਟਰ ਨੇ ਦਾਵਾ ਕੀਤਾ ਕਿ ਉਸਨੇ ਤਿਆਰ ਕਰ ਲਈ ਆ ਤੇ ਜੇ ਆਪਾਂ ਗੱਲ ਕਰੀਏ ਜੀ ਜਿਹੜਾ ਸਰਕਾਰ ਨੇ ਕੰਟਰੋਲ ਰੂਮ ਵੀ ਬਣਾਇਆ ਜਰੂਰੀ ਵਸਤਾਂ ਦੀ ਸਪਲਾਈ ਦੇ ਲਈ ਸੋ ਉਹਨਾਂ ਨੇ ਕਿਹਾ ਕਿ ਬਾਗਬਾਨੀ ਦੇ ਸਕੱਤਰ ਗਗਨਦੀ ਬਰਾੜ ਲੋਕਾਂ ਦੁਆਰਾ ਖਪਤ ਜ਼ਰੂਰੀ ਖਾਣ ਪੀਣ ਦੀਆਂ ਵਸਤੂਆਂ ਨੂੰ ਸਚਾਰੂ ਟੰਗ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਸੰਚਾਲਕ ਲਈ ਕੰਟਰੋਲ ਰੂਮ ਦੇ ਨਿਗਰਾਨੀ ਕਰਨਗੇ ਤੇ ਉਹਨਾਂ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਨਾਲ ਸੰਪਰਕ ਬਣਾਈ ਰੱਖਣਾ ਤੇ ਰਾਜ ਸਰਕਾਰ ਲਈ ਨੋਡਲ ਅਧਿਕਾਰੀ ਵੀ ਹੋਣਗੇ ਤੇ ਬੁਲਾਰੇ ਨੇ ਦੱਸਿਆ ਕੰਟਰੋਲ ਰੂਮ ਦੇ ਇੰਚਾਰਜ ਅਧਿਕਾਰੀ ਸਪਲਾਈ ਚੇਨ ਚ ਵਿੱਚ ਚੁਕਾਵਟ ਹੁੰਦੀ ਹੈ ਤਾਂ ਉਸ ਨੂੰ ਦੂਰ ਕਰਨ ਲਈ ਰਾਜ ਅਤੇ ਇਸ ਦੇ ਬਾਹਰ ਪ੍ਰਸ਼ਾਸਨਿਕ ਸਿਵਲ ਟਰਾਂਸਪੋਰਟ ਅਤੇ ਪੁਲਿਸ ਨੂੰ ਜਵਾਬ ਦੇਣਗੇ ਕੰਟਰੋਲ ਰੂਮ ਜਿਹੜਾ ਸਵੇਰੇ 7 ਵਜੇ ਤੋਂ 9 ਵਜੇ ਤੱਕ ਕਾਰਜਸ਼ੀਲ ਰਹੇਗਾ ਤੇ ਅਗਲੇ ਹੁਕਮਤ ਤੱਕ ਕੰਮ करेगा ਤੇ 헤ਠਾ ਦਿੱਤੇ কন্ট্রোল রুম স্টাফত ਕੀਤੇ ਗਏ ਹਨ 7986464174 ਤੇ 9877937725 ਇਸ ਦੌਰਾਨ ਜਿਹੜੇ ਮੰਡੀ ਦੇ ਚੀਫ ਇੰਚਾਰਜ ਹਰਪੀ ਸਿੰਘ ਬਰਾੜ ਉਹਨਾਂ ਦਾ ਨੰਬਰ ਹੈ ਜੀ 9817099234 ਤੇ কন্ট্রোল ਰੂਮ ਦਾ ਨੋਡਲ ਅਧਿਕਾਰੀ ਜਿਹੜਾ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਇਸੇ ਤਰ੍ਹਾਂ ਹੀ ਵੱਖ-ਵੱਖ ਜਿਹੜੇ ਇੰਚਾਰਜ ਲਾਏ ਗਏ ਹਨ ਅਤੇ ਇਹਨਾਂ ਅਧਿਕਾਰੀਆਂ ਦੀਆਂ ਡਿਊਟੀਆਂ ਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਇਹਨਾਂ ਕਾਰਜਾਂ ਦੀ ਸਹਾਇਤਾ ਦੇ ਨਾਲ ਪੰਜਾਬ ਮੰਡੀ ਬੋਰਡ ਦੇ ਲੋੜੀਂਦੇ ਅਧਿਕਾਰੀਆਂ ਨੂੰ ਨਿਯੁਕਤ ਕਰਨਗੇ ਕੰਟਰੋਲ ਰੂਮ ਦੇ ਨੋਡਲ ਅਫਸਰ ਦੁਆਰਾ ਇੱਕ ਰੋਸਟਰ ਤਿਆਰ ਕੀਤਾ ਜਾਏਗਾ ਜਿਸ ਇਹ ਸੁਨਿਸ਼ਚਿਤ ਕੀਤਾ ਜਾਏਗਾ ਕਿ ਕੰਮ ਦੌਰਾਨ ਕੰਟਰੋਲ ਰੂਮ ਚ ਘੱਟੋ ਘੱਟ ਦੋ ਅਧਿਕਾਰੀ ਮੌਜੂਦ ਹੋਣ ਹਾਲਾਂਕਿ ਕਾਰਜਾਂ ਦੀ ਗੰਭੀਰਤਾ ਦੇ ਸੁਵਿੰਦ ਅਥੀਲ ਦਾ ਨੇ ਮੱਦੇ ਨਜ਼ਰ ਸਾਰੇ ਅਧਿਕਾਰੀ ਆਪਣੇ ਫੋਨ ਅਤੇ ਸੋਸ਼ਲ ਮੀਡੀਆ ਤੇ 24 ਘੰਟੇ ਤੱਕ ਰਹਿਣਗੇ ਸੋ ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਆ ਰਹੀ ਹੈ ਜੀ ਸ਼ੁੱਕਰਵਾਰ ਨੂੰ ਪਠਾਨਕੋਟ ਚ ਕੀਤੀ ਗਈ ਕਰੀਬ 28000 ਲੀਟਰ ਦੀ ਸਪਲਾਈ ਤੇ ਮੁਕਤੀ ਦੇ ਲਾਕਡਾਊਨ ਵਾਲੇ ਭਾਸ਼ਣ ਨੇ ਤੋੜੇ ਰਿਕਾਰਡ ਸੋ ਇਹ ਖਬਰ ਆ ਰਹੀ ਹੈ ਜੀ ਜਿਹੜੇ ਮੋਦੀ ਸਾਹਿਬ ਨੇ ਉਹਨਾਂ ਦਾ ਟੀਵੀ ਉੱਤੇ ਪ੍ਰਸਾਰਿਤ ਪਿਛਲੇ ਸਬੂਧ ਉਹਨਾਂ ਦੇ ਮੁਕਾਬਲੇ ਜ਼ਿਆਦਾ ਵੇਖਿਆ ਗਿਆ ਤੇ ਟੀਵੀ ਰੇਟਿੰਗ ਏਜੰਸੀ ਬਾਡਕਾਰਡ ਬ੍ਰਾਡਕਾਸਟਿੰਗ ਆਈਡੀਐਸ ਰਿਸਰਚ ਕਾਉਂਸਲ ਬਾਰਕ ਭਾਰਤ ਦੀ ਰੇਟਿੰਗ ਦੇ ਵਿੱਚ ਮੌਜੂਦ ਹੈ ਤੇ ਲਾਕਡਾਊਨ ਵਾਲੇ ਸੰਬੋਧਨ ਨੂੰ ਜਨਤਾ ਕਰਫੂ ਤੇ ਨੋਟਬੰਦੀ ਸਮੇਤ ਹੋਰ ਸਾਰੇ ਸੰਬੋਧਨਾਂ ਤੋਂ ਵੱਖ ਵੇਖਿਆ ਗਿਆ ਤੇ ਭਾਰਤੀ ਵਿਸਾਰ ਵਿਸਾਰ ਭਾਰਤੀ ਦੇ ਸੀਈਓ ਸ਼ਕੀ ਨੇਵਰ ਨੇ ਟਵੀਟ ਕਰਕੇ ਬਰਾਕ ਇੰਡੀਆ ਵੱਲੋਂ ਸਾਂਝੇ ਕੀਤੇ ਗਏ ਡਾਟਾ ਅਨੁਸਾਰ 24 ਮਾਰਚ ਨੂੰ ਲਾਕਡਾਊਨ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨੂੰ ਟੀਵੀ ਤੇ ਸਭ ਤੋਂ ਵੱਧ ਵੇਖਿਆ ਗਿਆ ਜੋ ਕਿ ਆਈਪੀਐਲ ਦਾ ਫਾਈਨਲ ਮੈਚ ਵੇਖਣ ਵਾਲੀ ਗਿਣਤੀ ਨੂੰ ਵੀ ਪਾਰ ਕਰ ਗਿਆ ਤੇ ਮੋਦੀ ਨੇ ਲਾਕਡਾਊਨ ਸੰਬੋਧਨ ਨੂੰ 19.7 ਕਰੋੜ ਲੋਕਾਂ ਨੇ ਵੇਖਿਆ ਤੇ ਕਰੋਨਾ ਵਾਇਰਸ ਕਾਰਨ ਪੂਰੇ ਦੇਸ਼ ਦੇ ਵਿੱਚ ਜਿਹੜਾ ਇੱਕੀ ਦਿਨ ਦਾ ਲਾਕਡਾਊਨ ਹੈ ਸੋ ਦੋਸਤੋ ਐਸਜੀ ਪੰਜਾਬ ਦੀਆਂ ਮੁੱਖ ਖਬਰਾਂ ਅਗਲੀ ਵੀਡੀਓ ਦੇ ਵਿੱਚ ਹੋਰ ਤਾਜ਼ੀਆਂ ਖਬਰਾਂ ਲੈ ਕੇ ਆ ਰਿਹਾ ਹਾਂ